ਸਾਨੂੰ ਗੁੜਤੀ ਮਿਲੀ ਹੈ ਤੁਰੋ ਪਿਆਰ ਦੀ ਸਿਰ ਤਰ ਕੇ ਤਲੀ ਤੇ ਜਾਈਏ ਯਾਰ ਦੀ ਸਾਨੂੰ ਗੁੜਤੀ ਮਿਲੀ ਹੈ ਤੁਰੋ ਪਿਆਰ ਦੀ ਸਿਰ ਤਰ ਕੇ ਤਲੀ ਤੇ ਜਾਈਏ ਯਾਰ ਦੀ ਹੋ ਜਾਣ ਹੀਲ ਕੇ ਵੇਉਂਦੇ ਮੰਗੇ ਆਪਣੀ ਇੱਕ ਬੇਸਿਕ ਜਿਹੜਾ ਗਾਣਾ ਕੇ ਚਾਹੇ ਮੈਂ 24 ਸਾਲ ਪਹਿਲਾਂ ਗਾਇਆ 25 ਸਾਲ ਚਾਹੇ ਅੱਜ ਗਾਇਆ ਅੱਜ ਵੀ ਉਹੀ ਮੇਰੇ ਲਈ ਉਹ ਮਾਪਦੰਡ ਲੈ ਕੇ ਕਿ ਕੀ ਇਹ ਗਾਣਾ ਮੈਂ ਆਪਣੀਆਂ ਭੈਣਾਂ ਵਿੱਚ ਬੈਠ ਕੇ ਗਾ ਸਕਦਾ ਕੀ ਆਪਦੀ ਬੇਟੀ ਐ ਮੇਰੀ ਹੁਣ ਮੈਂ ਉਹਦੇ ਵਿੱਚ ਬੈਠ ਕੇ ਗਾ ਸਕਦਾ ਸੁਣਾ ਸਕਦਾ ਤੇ ਜਿਹੜਾ ਗਾਉਂਦਿਆਂ ਗਾਣਾ ਤੁਹਾਨੂੰ ਮਤਲਬ ਅੱਖ ਜੀ ਨਾ ਬੰਦ ਕਰਨੀ ਪਵੇ ਜਾਂ ਮੜਾ ਜਾ ਪਾਸੇ ਚਰਾਣੀ ਨਜ਼ਰ ਜੀ ਚਰਾਉਣੀ ਪਵੇ ਸੋ ਆਈ ਥਿੰਕ ਬਾਕੀ ਜਿਹੜਾ ਸੰਗੀਤ ਸਟਾਈਲ ਹੋਰ ਚੀਜ਼ਾਂ ਬਦਲਦੀਆਂ ਰਹਿੰਦੀਆਂ ਜਿ ਉਹ ਇੱਕ ਬੇਸਿਕ ਜਿਹੜਾ ਮੈਂ ਕੰਟੈਂਟ ਨੂੰ ਜਿੱਥੋਂ ਤੱਕ ਲੈ ਕੇ ਗੱਲ ਚੱਲਦੀ ਹੋਣੀ ਮੈਂ ਬਦਲਦੀ ਜਿਵੇਂ ਵਿਕਰਮ ਸੰਗਰੂਰ ਤੋਂ ਮੁੰਡਾ ਬਹੁਤ ਹੀ ਮੇਰਾ ਅੱਜ ਦਾ ਨਹੀਂ ਜਦੋਂ ਬਹੁਤ ਛੋਟਾ ਸੀ ਉਦੋਂ ਤੋਂ ਵੀ ਮੈਨੂੰ ਜਨਮ ਦਿਨ ਤੇ ਚਿੱਠੀਆਂ ਪਾਉਂਦਾ ਸੀ ਜੀ ਔਰ ਮੈਂ ਉਹਦੇ ਘਰੇ ਇੱਕ ਸਪੈਸ਼ਲ ਕੋਠੀ ਚ ਕਮਰਾ ਜੀ ਸੰਗਰੂਰ ਕਿ ਜਿੱਥੇ ਹਰ ਭਜਨ ਮਾਨ ਦਾ ਜਿਹੜਾ ਵੀ ਤੁਹਾਨੂੰ ਪੁਰਾਣੇ ਤੋਂ ਪੁਰਾਣਾ ਪੋਸਟਰ ਚਾਹੀਦਾ ਕੋਈ ਕੈਸਟ ਚਾਹੀਦੀ ਹੈ ਸੀਡੀ ਚਾਹੀਦੀ ਹੈ ਕੋਈ ਸਿੰਗਲ ਗਾਣਾ ਚਾਹੀਦਾ ਜਿਹੜਾ ਮੈਨੂੰ ਵੀ ਨਹੀਂ ਕਿਤੋਂ ਲੱਭਦਾ ਤਾਂ ਫਿਰ ਉਹ ਵਿਕਰਮ ਨੂੰ ਫੋਨ ਕਰੀਦਾ ਯਾਰ ਵਿਕਰਮ ਫਲਾਣਾ ਗਾਣਾ ਭੇਜੀ ਉਹ ਤੇਰੇ ਕੋਲੇ ਪਿਆ ਹੋਊਗਾ ਤਾਂ ਇਸ ਤਰ੍ਹਾਂ ਬਹੁਤ ਸਾਰੇ ਫੈਨਸ ਨੇ ਪਰ बड़े जेन्युन फैंस ਨੇ اور بڑے ਰਿਸਪੈਕਟੇਬਲ ਨੇ ਸਭ ਜੀ ਜੀ ਬੜੀ ਤਹਜ਼ੀਬ ਵਾਲੇ ਨੇ ਤੇ ਮੈਂ ਇਸ ਕੋ ਲੋ ਕਹਿੰਦਾ ਉਹਨਾਂ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਜੀ ਕਿ ਮੈਂ ਜਿੰਨੇ ਵੀ ਇੱਕ ਫੇਸਬੁੱਕ ਤੇ ਜਿਹੜੇ ਸੁਨੇਹੇ ਆਉਂਦੇ ਆ ਕਿ ਮੈਂ ਚਾਹੇ ਉਹ 500 ਆ ਚਾਹੇ ਉਹ 5000 ਆਗੇ ਕਿ ਉਹ ਤੁਸੀਂ ਬੇ ਚਿੰਤ ਬੇ ਨਿਸ਼ਚਿਤ ਹੋ ਕੇ ਤੁਸੀਂ ਬੇਫਿਕਰ ਹੋ ਕੇ ਤੁਸੀਂ ਉਹਨੂੰ ਪੜ੍ਹ ਸਕਦੇ ਹੋਗੇ ਜੀ ਕਿਉਂਕਿ ਸਾਰੇ ਇਹ ਮੇਰਾ ਅਸਲ ਸਨਮਾਨ ਹੈ ਮੇਰਾ ਅਸਲ ਸਭ ਤੋਂ ਵੱਡਾ ਨਾਮ ਹੈ